और मोगा के लोहारा चौक पर धुंध होने के कारण हादसा हुआ है, जिसमें चार वाहन आपस में टकरा गए। पहले एक घोड़े ट्राले के साथ में बोलेरो कार टकरा गई, उसके बाद में दो गाड़ियां उनके साथ टकरा गई। वहीं इस हादसे में दो लोग जख्मी हुए हैं, घायलों को शासकीय हॉस्पिटल में भर्ती करवाया है। पुलिस ने मौके पर पहुंचकर जांच शुरू कर दी है। वहीं हादसे का कारण भारी धुंध कहा जा रहा है। ਸ਼ਰੀਫ ਜੀ ਸ਼ਰੀਫ ਜੀ ਕੀ ਕੰਮ ਕਰਦੇ? ਅਸੀਂ ਬਾਬਿਆਂ ਨਾਲ ਗੱਡੀ ਚਲਾਉਂਦੇ ਮਹੰਤਾਂ ਨਾਲ ਜੀ। ਅਤੇ ਅੱਜ ਕੀ ਹੋਇਆ ਤੁਹਾਡੇ ਨਾਲ? ਉਹਨਾਂ ਦੀ ਗੱਡੀ ਦਾ ਇੰਸੀਡੈਂਟ ਹੋ ਗਿਆ ਜੀ, ਆਪਣੇ ਲਵਾਰਾ ਚੌਂਕ ਦੇ ਵਿੱਚ ਜੀ। ਤੁਸੀਂ ਚਲਾ ਰਹੇ? ਹਾਂ ਅਸੀਂ ਚਲਾ ਰਹੇ ਸੀਗੇ ਜੀ। ਕਿਵੇਂ ਹੋਇਆ ਕਿਵੇਂ? ਇਹ ਉਹ ਆਉਂਦੇ ਸੀਗੇ ਆਪਣੇ ਮੋਗਾ ਸਾਈਡ ਤੋਂ, ਅਸੀਂ ਆ ਰਹੇ ਸੀਗੇ ਆਪਣੇ ਆਹੀ ਕੀ ਉਹ ਕੋਟ ਇਸੇ ਕਾਨਣ ਨੂੰ ਆ ਰਹੇ ਸੀਗੇ, ਥੋੜ੍ਹੀ ਬਾਬੇ ਜਗ੍ਹਾ ਤੋਂ ਨਾ ਆ ਕੇ ਅਤੇ ਉਹ ਜਿਹੜਾ ਘੋੜੇ ਵਾਲਾ ਸੀ ਉਹ ਗੱਡੀ ਉੱਤੋਂ ਦੀ ਕਰਕੇ ਅਤੇ ਸਾਡੀ ਗੱਡੀ 'ਚ ਗੱਡੀ ਮਾਰੀ ਉਹਨੇ। ਅਸੀਂ ਜੀ ਆਪਣਾ ਕੀ ਕਹਿੰਦੇ ਜੀਰੇ ਤੋਂ ਆ ਰਹੇ ਸੀਗੇ, ਅਸੀਂ ਆਪਣੇ ਰਿਸ਼ਤੇਦਾਰੀ ਵਿੱਚ ਗਏ ਸੀਗੇ ਆਪਣੇ ਮਹੰਤਾਂ ਦੇ, ਅਤੇ ਅਸੀਂ ਉੱਥੇ ਕੋਈ ਕੰਮ ਗਏ ਸੀ, ਉੱਥੋਂ ਅਸੀਂ ਵਾਪਸੀ ਆ ਰਹੇ ਸੀਗੇ, ਅਤੇ ਜਦੋਂ ਅਸੀਂ ਲੁਹਾਰੇ ਤੋਂ ਬਾਬੇ ਦੀ ਦਰਗਾਹ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਹੈਗੇ, ਵਧੀਆ ਵਧੀਆ ਮੱਥਾ ਟੇਕ ਕੇ ਨਿਕਲੇ ਹਾਂ ਜੀ, ਇੱਧਰੋਂ ਟਰੱਕ ਬਹੁਤ ਤੇਜ਼ ਹੋ ਗਿਆ ਜਿਹੜੇ ਅੱਜ ਐਕਸੀਡੈਂਟ ਹੋਇਆ ਰੋਡ 'ਤੇ। ਹਾਂਜੀ, ਕਿਵੇਂ ਜਿਹੜਾ ਸਾਰਾ ਹਾਦਸਾ ਵਾਪਰਿਆ ਉਹਦੇ ਜਾਣਕਾਰੀ? ਇਹ ਜੀ ਆਪਣੇ ਜਿਹੜੇ ਆਪਣੇ ਗਾਂ ਰਿਸ਼ਤੇਦਾਰੀ ਇਹ ਆ ਰਹੇ ਸੀ ਇੱਧਰੋਂ ਆਪਣੇ ਆਪਦੀ ਸਾਈਡ ਆ ਰਹੇ ਸੀਗੇ, ਜਿਹੜਾ ਇਹ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਕੇ ਇਹਨਾਂ ਦੇ ਵਿੱਚ ਮਰੀ ਆ, ਇਹ ਨਾ ਹੁਣ ਤੁਹਾਡੇ ਸਾਹਮਣੇ ਆ ਵੀ ਇਹਨਾਂ ਦਾ ਕਸੂਰ ਕੋਈ ਹੈ ਹੀ ਨਹੀਂ ਗਾ, ਇਹ ਤਾਂ ਆਪਦੀ ਸਾਈਡ ਆ ਰਹੇ ਸੀਗੇ। ਕਿੰਨੇ ਜਿਹੜੇ ਇਹ 'ਚ ਸਵਾਰ ਸੀ? ਇਹਦੇ ਵਿੱਚ ਸੀਗੇ ਆਪਣੇ ਦੋ ਤਿੰਨ ਬੰਦੇ ਸੀਗੇ ਸਵਾਰ, ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ, ਉਹ ਸੀਰੀਅਸ ਆ। ਜ਼ਿਆਦਾ ਉਮਰ ਕਰਕੇ ਟਰਾਲਾ ਘੋੜਾ ਕ੍ਰੋਸ ਕਰਨ ਲੱਗੇ ਸੀਗੇ, ਜਿਹੜਾ ਮੋਗਾ ਸਾਈਡ ਤੋਂ ਆ ਰਿਹਾ ਸੀ ਅਤੇ ਇੱਥੋਂ ਮਹਿੰਦਰਾ ਬਲੈਰੋ ਜੋ ਇੱਧਰ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੇ ਸੀ ਉਹ ਉਹਦੇ ਇੱਕ ਟਕਰਾਉਣ ਨਾਲ ਐਕਸੀਡੈਂਟ ਹੋਇਆ, ਪਿੱਛੋਂ ਤੋਂ ਗੱਡੀ ਆ ਰਹੀ ਸੀ ਉਹਨਾਂ ਦੇ ਆਪਦੇ ਟੱਕਰ ਹੋ ਗਈ। ਇਹ ਕਿੰਨੀਆਂ ਗੱਡੀਆਂ ਵੱਜੀਆਂ ਬਾਬੂ? ਇਹ ਟੋਟਲ 4 ਗੱਡੀਆਂ ਜੀ। ਅਤੇ ਕੋਈ ਜ਼ਖਮੀ ਵੀ ਹੋਇਆ? ਹਾਂਜੀ, ਇੱਥੇ ਬਲੈਰੋ ਵਾਲੇ ਦੋ ਜ਼ਖਮੀ ਆ ਜੀ, ਉਹਨਾਂ ਨੂੰ ਬਾਹਰ ਕਰਾਇਆ ਗਿਆ। ਕਾਰਨ ਕੀ ਰਿਹਾ ਜੀ? ਇੰਡੀਕੇਟਰ ਲੈ ਚੱਲਿਆ, ਮੇਰਾ ਨਾਮ ਰਘਵੀਰ ਸਿੰਘ ਆ ਜੀ, ਪਿੰਡ ਲੁਹਾਰਾ ਜੀ। ਰਘਵੀਰ ਜੀ ਜਿਹੜਾ ਐਕਸੀਡੈਂਟ ਹੋਇਆ ਕਿਵੇਂ ਹੋਇਆ? ਪਿੱਛੇ ਰੱਖ ਲੈ ਇਹ ਜੀ, ਆ ਗੱਡੀ ਨਾ ਜਾਣ ਕੇ ਵੀ ਟਰਾਲੇ ਵਾਲਾ ਪਾਸ ਲੱਗਾ ਸੀ, ਕਾਰਨ ਮੂਹਰੇ ਇੰਡੀਕੇਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ, ਇਹ ਲੱਗਾ ਸੀਗਾ ਪਾਸ ਕਰਨ, ਜਦੋਂ ਪਾਸ ਕਰਨ ਲੱਗਾ ਤੇ ਮੂਹਰੇ ਬਲੈਰੋ ਗੱਡੀ ਆਉਂਦੀ ਸੀ ਮਹੰਤਾਂ ਦੀ, ਤੇ ਪਹਿਲਾਂ ਗੱਡੀ ਇਹ ਵੱਜੀ, ਉਦੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ।